ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਵਿਨੀਪੈਗ ਮੈਨੀਟੋਬਾ ਵੱਲੋਂ ਜਲਿਆਂਵਾਲੇ ਬਾਗ ਦੇ 1919 ਨੂੰ ਹੋਏ ਸ਼ਹੀਦੀ ਸਾਕੇ ਦੀ ਯਾਦ 100 ਸਾਲਾ ਵਰੇਗੰਢ ਸੈਂਟ ਸਟੀਫਨ ਲਾਇਬ੍ਰੇਰੀ ਕੁਵੀਟਨ ਸਟਰੀਟ ਵਿਨੀਪੈਗ ਵਿਖੇ ਮਨਾਈ ਗਈ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਭ ਤੋਂ ਪਹਿਲਾਂ ਆਏ ਮਹਿਮਾਨਾਂ ਨੇ 2 ਮਿੰਟ ਮੌਨ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਬਲਵਿੰਦਰ ਸਿੰਘ ਢਿੱਲੋਂ ਨੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਈ। ਬੁਲਾਰਿਆਂ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਦੱਸਿਆ ਕਿ ਕਿਵੇਂ 100 ਸਾਲ ਪਹਿਲਾਂ ਜਲਿਆਂਵਾਲੇ ਬਾਗ ਵਿਖੇ ਭਾਰਤ ਦੀ ਆਜ਼ਾਦੀ ਲਈ ਦੇਸ਼ ਵਾਸੀਆਂ ਨੇ ਅੰਗਰੇਜ਼ ਹਕੂਮਤ ਖਤਮ ਕਰਨ ਲਈ ਅਮਨ ਪੂਰਵਕ ਢੰਗ ਨਾਲ ਕਾਨਫਰੰਸ ਕੀਤੀ ਅਤੇ ਜਨਰਲ ਓ ਅਡਵਾਇਰ ਨੇ ਨਿਹੱਥੇ ਦੇਸ਼ ਵਾਸੀਆਂ 'ਤੇ ਬਿਨਾਂ ਕਿਸੇ ਚੇਤਾਵਨੀ ਤੋਂ ਗੋਲੀਆਂ ਚਲਾ ਕੇ ਸੈਂਕੜੇ ਲੋਕ ਸ਼ਹੀਦ ਕੀਤੇ ਅਤੇ ਬਹੁਤ ਸਾਰੇ ਜ਼ਖਮੀ ਕੀਤੇ। ਬੁਲਾਰਿਆਂ ਵਿੱਚ ਹਰਪ੍ਰੀਤ ਸਿੰਘ ਜਵੰਦਾ, ਸ਼੍ਰੀ ਜੋਗਿੰਦਰ ਸਿੰਘ ਧਾਮੀ, ਬੀਬੀ ਰਾਜਵੰਤ ਕੌਰ ਬਾਗੜੀ, ਬੀਬੀ ਮਨਜੀਤ ਕੌਰ ਧਾਲੀਵਾਲ, ਸਰਦਾਰ ਮਹਿੰਦਰ ਸਿੰਘ ਢਿੱਲੋਂ, ਸ਼੍ਰੀ ਡੈਰਕ ਦੇਬੀ, ਸਰਦਾਰ ਇੰਦਰਜੀਤ ਸਿੰਘ ਬਾਗੜੀ ਨੇ ਬੜੇ ਵਿਸਥਾਰ ਵਿੱਚ ਸਾਕੇ ਬਾਰੇ ਵਿਚਾਰ ਸਾਂਝੇ ਕੀਤੇ। ਰਜਿੰਦਰ ਸਿੰਘ ਧਾਲੀਵਾਲ ਨੇ ਆਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਅਤੇ ਜਲਿਆਂਵਾਲੇ ਬਾਗ ਵਿਖੇ ਹੋਏ ਸ਼ਹੀਦੀ ਸਾਕੇ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਸੁਖਵੀਰ ਕਾਲਕਟ ਨੇ ਸਟੇਜ ਸੰਭਾਲੀ। ਸ਼੍ਰੀ ਯੁਵਰਾਜ ਰਤਨ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਦੱਸਿਆ, ਕਿਵੇਂ ਉਸਨੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਇੰਗਲੈਂਡ ਜਾ ਕੇ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰੀਆਂ ਅਤੇ ਦੇਸ਼ ਵਾਸੀਆਂ ਲਈ ਫਾਂਸੀ 'ਤੇ ਚੜ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ। ਜੋਰਾ ਸਿੰਘ ਮੰਡੇਰ ਨੇ ਕਵਿਤਾ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਮਾਜਿਕ ਬੁਰਾਈਆਂ ਅਤੇ ਗਲਤ ਰੀਤਾਂ ਬਾਰੇ ਦੱਸਿਆ। ਬੀਬੀ ਬਲਵੰਤ ਕੌਰ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਗਾ ਕੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਸ਼੍ਰੀ ਰਾਜਿੰਦਰ ਸਿੰਘ ਧਾਲੀਵਾਲ ਨੇ ਜਲਿਆਂਵਾਲੇ ਬਾਗ ਦੇ ਸਾਕੇ ਬਾਰੇ ਕਵਿਤਾ ਸੁਣਾਈ ਜੋ ਕਿ ਬੜੀ ਹੀ ਭਾਵੁਕ ਸੀ। ਸ਼੍ਰੀ ਜੋਗਿੰਦਰ ਰਾਹੀ ਨੇ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਸਭ ਦੇ ਸਾਹਮਣੇ ਰੱਖੀਆਂ। ਸਾਰਿਆਂ ਨੇ ਸ਼੍ਰੀ ਰਾਜਿੰਦਰ ਸਿੰਘ ਧਾਲੀਵਾਲ ਅਤੇ ਸ਼੍ਰੀ ਸੁਖਵੀਰ ਕਲਕਟ ਵੱਲੋਂ ਕਰਵਾਏ ਗਏ ਸ਼ਹੀਦੀ ਸਮਾਗਮ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ 1919 ਦੀ 100ਵੀਂ ਵਿਨੀਪੈਗ ਦੀ ਸਟ੍ਰਾਈਕ ਬਾਰੇ ਡੈਰਕ ਡੈਬੀ ਨੇ ਵਿਚਾਰ ਰੱਖੇ। ਆਖਿਰ ਵਿੱਚ ਜਾਣਕਾਰੀ ਭਰਪੂਰ ਵਲੱਡੀ ਸੈਚਰਡੇ ਡਾਕੂਮੈਂਟਰੀ ਫਿਲਮ ਵਿਖਾਈ ਗਈ ਜਿਸ ਨੂੰ ਸਭ ਨੇ ਪਸੰਦ ਕੀਤਾ। ਕਾਲਕਟ ਨੇ ਸਟੇਜ ਸਕੱਤਰ ਦੀ ਡਿਊਟੀ ਬੜੀ ਨਿਪੁੰਨਤਾ ਨਾਲ ਨਿਭਾਈ। ਇਸ ਉਪਰੰਤ ਪ੍ਰਬੰਧਕਾਂ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਹੈਲੋ ਜੀ, ਅੱਜ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਇੱਥੇ ਵਿਨੀਪੈਗ ਪਬਲਿਕ ਲਾਇਬ੍ਰੇਰੀ ਕੁਵੀਟਨ ਸਟਰੀਟ 'ਤੇ। ਉਹਦੇ 'ਚ ਅਸੀਂ ਆਪਣਾ ਜਲਿਆਂਵਾਲੇ ਬਾਗ ਦੀ 100ਵੀਂ ਵਰੇਗੰਢ, ਜੋ ਅੱਜ ਤੋਂ 1919 'ਚ ਸਾਕਾ ਹੋਇਆ ਸੀ, ਉਹਦੀ 100ਵੀਂ ਵਰੇਗੰਢ ਅਤੇ ਵਿਨੀਪੈਗ ਦੀ ਜਿਹੜੀ ਜਨਰਲ ਸਟ੍ਰਾਈਕ ਸੀ, ਹਿਸਟੋਰੀਕਲ ਜਨਰਲ ਸਟ੍ਰਾਈਕ 1919 'ਚ ਜਦੋਂ ਸਾਰਾ ਸਿਟੀ ਪੈਰੇਲਾਈਜ਼ ਹੋ ਗਿਆ ਸੀ, 40,000 ਬੰਦੇ ਨੇ ਉਦੋਂ ਸਟ੍ਰਾਈਕ ਕੀਤੀ ਸੀ, ਉਹਦੀ ਵੀ 100ਵੀਂ ਵਰੇਗੰਢ ਦੇ ਸੰਬੰਧ 'ਚ ਇਹ ਪ੍ਰੋਗਰਾਮ ਕਰ ਰਹੇ ਹਾਂ। ਅੱਜ ਅਸੀਂ ਇੱਥੇ 100ਵੀਂ ਈਅਰ ਵੀ ਰਿਲੀਜ਼ ਕਰਾਂਗੇ, ਜਿਹੜਾ ਇਹ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਵੱਲੋਂ ਛਾਪਿਆ ਗਿਆ ਅਤੇ ਨਾਲ ਦੀ ਨਾਲ ਅਸੀਂ ਇੱਕ ਵੀਡੀਓ ਜੋ ਕਿ CBC ਨੇ ਤਿਆਰ ਕੀਤੀ ਹੈ, ਬਲੱਡੀ ਸੈਚਰਡੇ ਉਹਦਾ ਨਾਮ ਵੀਡੀਓ, 1919 ਦੀ ਸਟ੍ਰਾਈਕ ਬਾਰੇ, ਉਹ ਵੀ ਅਸੀਂ ਦਿਖਾਵਾਂਗੇ ਅਤੇ ਬਾਕੀ ਜਿਹੜੇ ਲੋਕਲ ਆਪਣੇ ਬੁਲਾਰੇ ਹੈ ਉਹ ਆਪਣੇ ਵਿਚਾਰ ਪੇਸ਼ ਕਰਨਗੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਿਜ਼ਨ ਪੰਜਾਬ ਟੈਲੀਵਿਜ਼ਨ ਵਾਲਿਆਂ ਦਾ, ਜਿਨ੍ਹਾਂ ਨੇ ਆ ਕੇ ਸਾਡਾ ਇੱਥੇ ਇਹ ਪ੍ਰੋਗਰਾਮ ਨੂੰ ਕਵਰੇਜ ਦਿੱਤੀ ਹੈ। ਮੇਰਾ ਨਾਮ ਮਹਿੰਦਰ ਸਿੰਘ ਢਿੱਲੋਂ ਹੈ ਜੀ। ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਲਾਇਬ੍ਰੇਰੀ ਦੇ ਵਿੱਚ, ਸਰ ਸਟੀਫਨ ਲਾਇਬ੍ਰੇਰੀ। 100 ਸਾਲਾ ਜਲਿਆਂਵਾਲੇ ਬਾਗ ਦਾ ਅਸੀਂ ਇਹ ਫੰਕਸ਼ਨ ਮਨਾ ਰਹੇ ਹਾਂ। 1919 ਦੇ ਵਿੱਚ ਜੋ ਕੁਛ ਹੋਇਆ ਉੱਥੇ ਅੰਮ੍ਰਿਤਸਰ ਵਿੱਚ, ਬਹੁਤ ਸਾਰੇ ਮਾਸੂਮ ਮਾਰੇ ਗਏ। ਇਹ ਕਹਿੰਦੇ ਨੇ ਕਿ 1700 ਗੋਲੀਆਂ ਉੱਥੇ ਚੱਲੀਆਂ ਅਤੇ ਜਿਹੜੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੱਖਰੋ ਵੱਖਰੀ ਹੈ। ਆਫਕੋਰਸ ਜਿਹੜੀ ਗਵਰਨਮੈਂਟ ਦੀ ਜਿਹੜੀ ਫਿਗਰ ਸੀ ਉਹ ਵੱਖਰੀ ਹੈ, ਜਿਹੜੀ ਲੋਕਾਂ ਦੀ ਜਿਹੜੀ ਫਿਗਰ ਸੀ ਉਹ ਵੱਖਰੀ ਹੈ, ਲੇਕਿਨ ਇੰਨਾ ਜ਼ਰੂਰ ਹੈ ਕਿ ਜਿਹੜਾ ਐਸਟੀਮੇਸ਼ਨ ਲਾਇਆ ਜਾਂਦਾ ਹੈ, ਜੇ 1700 ਗੋਲੀਆਂ ਦੇ ਵਿੱਚੋਂ 350 ਤੋਂ ਲੈ ਕੇ 500 ਬੰਦੇ ਤੱਕ ਜ਼ਰੂਰ ਉੱਥੇ ਮਰੇ ਨੇ, ਸ਼ਹੀਦ ਹੋਏ ਨੇ ਮੈਂ ਕਹਿਣਾ। ਅਤੇ ਕੁਛ ਬਹੁਤ ਸਾਰੀਆਂ ਲਾਸ਼ਾਂ ਉੱਥੇ ਜਿਹੜਾ ਖੂਹ ਹੈਗਾ ਉੱਥੋਂ ਵੀ ਕੱਢੀਆਂ ਗਈਆਂ ਨੇ। ਮੈਨੂੰ 4 ਸਾਲ ਹੋਏ ਮੈਂ ਜਦੋਂ ਅੰਮ੍ਰਿਤਸਰ ਗਿਆ ਸੀ, ਜਦੋਂ ਹਰਿਮੰਦਰ ਸਾਹਿਬ ਨੂੰ ਜਾਈਦਾ ਉਦੋਂ ਪਹਿਲਾਂ ਜਲਿਆਂਵਾਲਾ ਬਾਗ ਆਉਂਦਾ,
ਅਤੇ ਉੱਥੇ ਦੇਖਿਆ ਗਿਆ ਕਿ ਤਿੰਨ ਤਸਵੀਰਾਂ ਨੇ ਊਧਮ ਸਿੰਘ ਸ਼ਹੀਦ ਦੀਆਂ, ਔਰ ਕਿਸੇ 'ਤੇ ਸ਼ਹੀਦ ਨਹੀਂ ਲਿਖਿਆ ਲੇਕਿਨ ਊਧਮ ਸਿੰਘ ਲਿਖਿਆ ਹੋਇਆ। ਸਾਡੇ ਦਿਲਾਂ ਵਿੱਚ ਉਹੋ ਜਿਹੇ ਨੌਜਵਾਨ ਜਿਨ੍ਹਾਂ ਨੇ ਆਪਣਾ ਵਤਨ ਲਈ, ਆਪਣੇ ਦੇਸ਼ ਲਈ ਜਾਂ ਆਪਣੀ ਕੌਮ ਲਈ ਆਪਣਾ ਇੱਕ ਮਤਲਬ ਬਦਲਾ ਲਿਆ, ਬਦਲਾ ਕਹਿ ਲਓ, ਜਾਂ ਉਸ ਨੂੰ ਸਮਝਾਇਆ, ਦੱਸ ਦਿੱਤਾ ਕਿ ਵੀ ਜਿਹੜੀ ਸਿੱਖ ਕੌਮ ਹੈਗੀ ਅਸੀਂ ਐਵੇਂ ਨਹੀਂ ਹੈਗੇ, ਅਸੀਂ ਵੀ ਇਹਨਾਂ ਚੀਜ਼ਾਂ ਦਾ। ਹਰਪ੍ਰੀਤ ਸਿੰਘ ਚਵੰਦਾ, ਅੱਜ ਜਿਹੜਾ ਜਲਿਆਂਵਾਲੇ ਬਾਗ 'ਤੇ 100 ਸਾਲ ਪੂਰੇ ਹੋਣ 'ਤੇ, ਵਿਸਾਖੀ ਦੇ 100 ਸਾਲ ਪੂਰੇ ਹੋਣ 'ਤੇ ਇੱਕ ਸਮਾਗਮ ਕੀਤਾ ਜਾ ਰਿਹਾ, ਉਹਦਾ ਮੈਂ ਹਿੱਸਾ ਬਣ ਰਿਹਾ ਹੈਗਾ। ਮੇਰਾ ਬੇਸਿਕਲੀ ਰਿਲੇਸ਼ਨਸ਼ਿਪ ਜਿਹੜਾ ਅੰਮ੍ਰਿਤਸਰ ਦੇ ਨਾਲ ਹੋਣ ਕਰਕੇ ਮੈਂ ਕਾਫੀ ਉਸ ਜਲਿਆਂਵਾਲੇ ਬਾਗ ਨਾਲ ਜੁੜਿਆ ਹੋਇਆ ਹਾਂ, ਔਰ ਕਾਫੀ ਮੈਂ ਗਰੁੱਪਸ ਵੀ ਲੈ ਕੇ ਗਿਆ ਉੱਥੇ, ਔਰ ਉਸ ਜਗ੍ਹਾ 'ਤੇ ਜਦੋਂ ਆਪਾਂ ਐਂਟਰ ਕਰਦੇ ਹਾਂ ਤਾਂ ਹਾਲੇ ਵੀ ਉਹ ਫੀਲਿੰਗ ਆਉਂਦੀ ਹੈਗੀ ਹੈ, 100 ਸਾਲ ਪੁਰਾਣੀ ਫੀਲਿੰਗ, ਕਿਉਂਕਿ ਕੰਧਾਂ 'ਤੇ ਨਿਸ਼ਾਨ ਲੱਗੇ ਹੋਏ ਹੈ ਔਰ ਆਸੇ ਪਾਸੇ ਸਾਰਾ ਕੁਛ ਉਸ ਦਾ ਉਸ ਤਰ੍ਹਾਂ ਹੀ ਹੈ, ਔਰ ਐਂਟਰੈਂਸ ਇੱਕੋ ਹੀ ਆ ਉੱਥੋਂ ਦੀ। ਅਤੇ ਮੈਂ ਨੋਰਮਲੀ ਪਹੁੰਚ ਜਾਂਦਾ 100 ਸਾਲ ਪੁਰਾਣੇ ਏਰੀਏ 'ਚ 100 ਸਾਲ ਪੁਰਾਣੇ ਟਾਈਮ 'ਤੇ, ਅਤੇ ਮੈਂ ਇਸ ਤੋਂ ਬਾਅਦ ਇੱਕ ਫੰਕਸ਼ਨ ਹੋਣ ਜਾ ਰਿਹਾ, ਮੈਂ ਆਪਣੇ ਜਿਹੜੇ ਜਜ਼ਬਾਤ ਆ ਉਹ 'ਚ ਜ਼ਰੂਰ ਸ਼ੇਅਰ ਕਰਾਂਗਾ, ਲੇਕਿਨ ਮੈਂ ਵਿਜਨ ਪੰਜਾਬ TV ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇਹ ਪ੍ਰੋਗਰਾਮ ਕਵਰਅਪ ਕਰ ਰਹੇ ਆ, ਅਤੇ ਬਾਕੀ ਜਿਹੜੇ ਨਾਲ ਸਰੋਤੇ ਆਏ ਹੈਗੇ ਆ ਜਾਂ ਜਿਹੜੇ ਬੋਲਣ ਵਾਲੇ ਆਏ ਹੈਗੇ ਨੇ ਉਹ ਕਾਫੀ ਇਨਫੋਰਮੇਸ਼ਨ ਦਾ ਖਜ਼ਾਨਾ ਲੈ ਕੇ ਆਏ ਨਾਲ, ਅਤੇ ਮੈਂ ਆਸ ਕਰਦਾ ਕਿ ਸਾਰੇ ਜਿਹੜੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ ਇਸ ਤੋਂ ਪ੍ਰਭਾਵਿਤ ਹੋਣਗੇ, ਸਾਰੀ ਇਨਫੋਰਮੇਸ਼ਨ ਲੈਣਗੇ। ਅਤੇ ਇੱਕ ਵਾਰ ਫਿਰ ਵਿਜਨ TV ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਨੀਪੈਗ ਵਿਖੇ ਅੱਜ ਜਲਿਆਂਵਾਲੇ ਬਾਗ ਦਾ 100 ਸਾਲਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਵੱਲੋਂ। ਆਜ਼ਾਦੀਆਂ ਵੀ ਦੇਖੀਆਂ, ਬਰਬਾਦੀਆਂ ਵੀ ਦੇਖੀਆਂ, ਦੱਸੀ ਮੜੇ ਅਜੀਦਾਂ ਸ਼ਹੀਦਾਂ ਦੀ ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਦੇਖੀਆਂ। ਬੜੀ ਖੁਸ਼ੀ ਦੀ ਗੱਲ ਹੈ, ਹਰ ਸਾਲ ਇਹ ਬੜੀ ਵੱਡੀ ਪੱਧਰ 'ਤੇ ਵਿਨੀਪੈਗ ਸੰਗਤ ਨੂੰ ਮਨਾਇਆ ਜਾ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਅੱਜ ਇੰਡੋ ਕਨੇਡੀਅਨ ਵਰਕਰਸ ਐਸੋਸੀਏਸ਼ਨ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਸਦਕਾ ਇੱਥੇ ਮੀਟਿੰਗ ਕਰ ਰਹੇ ਹਨ, ਅਤੇ ਇਹ ਵਧਾਈ ਦੇ ਆਪਣੇ 100ਵੀਂ ਵਰ੍ਹੇਗੰਢ ਹੈ, ਅਤੇ ਵਧਾਈ ਦੇ ਆਪਣੇ ਪਾਤਰ ਹਨ। ਸਤਿ ਸ਼੍ਰੀ ਅਕਾਲ ਜੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ TV, ਅਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਅਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।